ਤਰਨ ਤਾਰਨ ਚ ਹਾਕੀ ਖਿਡਾਰਨ ਨਾਬਾਲਗ ਕੁੜੀ ਨੂੰ ਵਿਆਹ ਦਾ ਝਾਂਸਾ ਦੇ ਕੇ ਅਗਵਾ ਕਰਨ ਦੇ ਮਾਮਲੇ ਚ ਪਰਿਵਾਰ ਦਰ ਦਰ ਦੀਆਂ ਠੋਕਰਾਂ ਖਾਣ ਨੂੰ ਮਜਬੂਰ ਹੈ। ਆਰੋਪ ਨੇ ਕਿ ਪੁਲਿਸ ਨੇ ਤਿੰਨ ਲੋਕਾਂ ਖਿਲਾਫ ਮਾਮਲਾ ਤਾਂ ਦਰਜ ਕਰ ਲਿਆ ਪਰ 15 ਦਿਨ ਬੀਤਣ ਦੇ ਬਾਅਦ ਵੀ ਉਹਨਾਂ ਦੀ ਲੜਕੀ ਨੂੰ ਪੁਲਿਸ ਬਰਾਮਦ ਨਹੀਂ ਕਰ ਪਾਈ ਹੈ। ਮਾਪਿਆਂ ਨੂੰ ਚਿੰਤਾ ਸਤਾ ਰਹੀ ਹੈ ਕਿ ਉਹਨਾਂ ਦੀ ਧੀ ਕਿੰਨਾ ਹਾਲਾਤਾਂ ਚ ਹੋਵੇਗੀ ਤੇ ਕਿਧਰੇ ਉਹਨਾਂ ਦੀ ਧੀ ਨਾਲ ਕੋਈ ਅਨਸਖਾਵੀਂ ਘਟਨਾ ਤਾਂ ਨਹੀਂ ਵਾਪਰ ਗਈ। ਮਾਮਲਾ ਹਲਕਾ ਖੇਮਕਰਨ ਦੇ ਥਾਣਾ ਕੱਚਾ ਪੱਕਾ ਅਧੀਨ ਆਉਂਦੇ ਪਿੰਡ ਅਹਿਮਦਪੁਰ ਦਾ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਹੈ ਕਿ ਉਹਨਾਂ ਦੀ ਧੀ ਨੂੰ ਪੀਟਰ ਪੁੱਤਰ ਰਾਮ ਲੁਭਾਇਆ ਉਸ ਦੀ ਭੈਣ ਗੁਰਵਿੰਦਰ ਕੌਰ ਅਤੇ ਮਨਪ੍ਰੀਤ ਸਿੰਘ ਵੱਲੋਂ ਵਿਆਹ ਦਾ ਝਾਂਸਾ ਦੇ ਕੇ ਅਗਵਾ ਕੀਤਾ ਗਿਆ। ਉਹਨਾਂ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਉਹਨਾਂ ਦੀ ਲੜਕੀ ਨੂੰ ਜਲਦੀ ਤੋਂ ਜਲਦੀ ਲੱਭ ਕੇ ਉਹਨਾਂ ਦੇ ਹਵਾਲੇ ਕੀਤਾ ਜਾਵੇ। ਜੇਕਰ ਲੜਕੀ ਨਾਲ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਉਸ ਲਈ ਇਹ ਲੋਕ ਜ਼ਿੰਮੇਵਾਰ ਹੋਣਗੇ। ਮੇਰਾ ਨਾਮ ਰਾਜਵੀਰ ਹੈ। ਮੇਰੀ ਲੜਕੀ ਨੂੰ ਅੱਜ 15 ਦਿਨ ਹੋ ਚੁੱਕੇ ਨੇ ਲਾਪਤਾ ਹੈ। ਪਿੰਡ ਦਾ ਮੁੰਡਾ ਵਰਲਾ ਕੇ ਲੈ ਗਿਆ ਹੈ ਪਰ ਮੈਂ ਕੱਚੇ ਪੱਕੇ ਥਾਣੇ ਦਰਖਾਸਤ ਦਿੱਤੀ ਹੋਈ ਆ ਪਰ ਉਹ ਕੋਈ ਕਾਰਵਾਈ ਨਹੀਂ ਕਰ ਰਹੇ। ਮੈਂ ਪ੍ਰਸ਼ਾਸਨ ਤੋਂ ਮੰਗ ਕਰਦੀ ਹਾਂ ਕਿ ਮੇਰੀ ਬੱਚੀ ਨੂੰ ਛੇਤੀ ਤੋਂ ਛੇਤੀ ਲੱਭ ਕੇ ਸਾਡੇ ਹਵਾਲੇ ਕੀਤਾ ਜਾਵੇ। ਹਾਂਜੀ ਹਾਂਜੀ ਹੋ ਸਕਦਾ ਹੈ। ਹਾਂਜੀ ਤੇ ਤੁਸੀਂ ਪੁਲਿਸ ਅਧਿਕਾਰੀਆਂ ਨੂੰ ਮਿਲੇ ਬਾਅਦ ਚ? ਹਾਂਜੀ 3-4 ਵਾਰੀ ਜਾ ਚੁੱਕੇ ਆ ਪਰ ਉਹ ਕੁਛ ਕਰ ਨਹੀਂ ਰਹੀ। ਕੀ ਮੰਗ ਕਰਦੇ ਸਰਕਾਰ ਕੋਲ? ਅਸੀਂ ਇਹੋ ਮੰਗ ਕਰਦੇ ਆ ਕਿ ਸਾਡੀ ਬੱਚੀ ਸਾਨੂੰ ਜਲਦੀ ਤੋਂ ਜਲਦੀ ਵਾਪਸ ਕੀਤੀ ਜਾਵੇ। ਕੀ ਗੱਲ ਹੋਈ ਆ, ਕੀ ਲੱਗਦੇ ਸੀ ਲੜਕੀ ਜਿਹੜੀ? ਮੈਂ ਲੜਕੀ ਦਾ ਦਾਦਾ ਤੇ ਇਹ ਲੜਕੀ ਜਿਹੜੀ ਸਾਡੀ ਹੈ ਪਲੱਸ 1 ਦੇ ਵਿੱਚ ਪੜ੍ਹ ਰਹੀ ਹੈ, ਹਾਕੀ ਦੀ ਪਲੇਅਰ ਵੀ ਰਹੀ ਆ, ਜਿਹੜੇ ਲੈਵਲ 'ਤੇ ਬਾਹਰ ਖੇਡ ਕੇ ਵੀ ਆਈ ਆ ਅਤੇ ਇਹ ਸਾਜਿਸ਼ ਸ਼ਾਇਦ ਜਿਹੜਾ ਵੀ ਇਹ ਲੜਕੀ ਨੂੰ ਗਵਾਹ ਕੀਤਾ ਗਿਆ ਅਤੇ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਸਾਡੀ ਲੜਕੀ ਨੂੰ ਜਲਦੀ ਤੋਂ ਜਲਦੀ ਵਾਪਸ ਕੀਤਾ ਜਾਵੇ। ਅਸੀਂ ਕਈ ਵਾਰ ਜਿਹੜੇ ਥਾਣੇ ਦੇ ਚੱਕਰ ਲਾ ਰਹੇ ਹਾਂ ਅਤੇ ਸਾਨੂੰ ਕੋਈ ਨਿਆਂ ਨਹੀਂ ਦੇਣ ਡਿਆ ਜੀ। ਕਿੰਨੀ ਕੁ ਉਮਰ, ਕਿੰਨੀ ਕੁ ਲੜਕੀ ਦੀ? ਲੜਕੀ ਦੀ ਉਮਰ ਹੈਗੀ 17 ਸਾਲ 3 ਮਹੀਨੇ। ਸਾਨੂੰ ਹੋ ਸਕਦਾ ਸ਼ੱਕ ਹੈ ਕਿ ਇਹ ਗਲਤ ਦਸਤਾਵੇਜ਼ ਬਣਾ ਕੇ ਕੋਈ, ਹਾਂਜੀ ਇਹ ਉਮਰ ਦਾ ਸਰਟੀਫਿਕੇਟ ਗਲਤ ਬਣਾ ਕੇ ਸਾਡੀ ਲੜਕੀ ਦਾ ਮਰਿਆ ਕੋਰਟ ਮੈਰਿਜ ਕਰਵਾ ਸਕਦਾ। ਪੁਲਿਸ ਸਾਨੂੰ ਕੋਈ ਨਿਆਂ ਨਹੀਂ ਦੇਣ ਦੀ, ਬਸ ਅੱਜ ਰੇਡ ਕਰਦੇ ਹਾਂ, ਭਲਕੇ ਰੇਡ ਕਰਦੇ ਹਾਂ, ਅੱਜ ਸ਼ਾਮ ਨੂੰ ਰੇਡ ਕਰਾਂਗੇ, ਸਵੇਰੇ ਤੜਕੇ ਰੇਡ ਕਰਾਂਗੇ, ਪਰ ਕੋਈ ਰੇਡ ਨਹੀਂ ਕਰਦੇ, ਸਾਨੂੰ ਲਾਰੇ ਲਾਈ ਜਾਂਦੇ ਆ। ਤੁਹਾਨੂੰ ਕੀ ਲੱਗਦਾ ਕਿ ਵਿਆਹ ਵਾਸਤੇ ਅਗਵਾ ਕੀਤੇ ਕਿ ਜਾਂ ਹੋਰ ਵੀ ਕੋਈ ਕਾਰਨ ਹੋ ਸਕਦਾ ਇਸ ਗੱਲ ਦਾ? ਇਹਦੇ ਬਾਰੇ ਅਸੀਂ, ਹੋ ਵੀ ਸਕਦਾ ਅਤੇ ਵਿਆਹ ਵਾਸਤੇ ਵੀ ਹੋ ਸਕਦਾ, ਦੋਵੇਂ ਗੱਲਾਂ ਆਈਆਂ ਇਹਦੇ ਵਿੱਚ। ਅਸੀਂ ਜੀ ਜਿਨ੍ਹਾਂ 'ਤੇ ਅਸੀਂ ਪਰਚਾ ਕਰਾਇਆ, ਜਿਹੜੇ ਦੋਸ਼ੀ ਆ ਅਸੀਂ ਉਹਨਾਂ ਨੂੰ ਹੀ ਮੰਨਾਂਗੇ। ਕਿੰਨਾ ਕਿੰਨਾ 'ਤੇ ਪਰਚਾ ਆਇਆ ਵਾ? ਪਰਚਾ ਜੀ ਇੱਕ ਉਹਦੀ ਭੈਣ ਆ, ਇੱਕ ਉਹਦਾ ਚਾਚੇ ਦਾ ਪੁੱਤ ਆ, ਇੱਕ ਮੁੰਡਾ ਹੈ। ਪਿੰਡ ਦੇ ਨਹੀਂ ਜੀ, ਦੋ ਮੁੰਡਾ, ਦੋਵੇਂ ਭਰਾ ਜਿਹੜੇ ਇੱਥੋਂ ਪਿੰਡ ਦੇ ਰਹਿਣ ਵਾਲੇ ਆ ਅਤੇ ਲੜਕੀ ਜਿਹੜੀ ਹੈ ਵਿਆਹੀ ਆ। ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ। ਇਸ ਮੌਕੇ ਸਰਪੰਚ ਸਰਦੂਲ ਸਿੰਘ ਨੇ ਕਿਹਾ ਹੈ ਕਿ ਉਹ ਖੁਦ ਵੀ ਪੁਲਿਸ ਨੂੰ ਕਈ ਵਾਰ ਕਹਿ ਚੁੱਕੇ ਨੇ ਪਰ ਪੁਲਿਸ ਹੈ ਕਿ ਕੋਈ ਕਾਰਵਾਈ ਨਹੀਂ ਕਰ ਰਹੀ। ਮੇਰੀ ਵਾਈਫ ਸਰਪੰਚ ਆ, ਮੈਂ ਉਹਨਾਂ ਦੇ ਕੰਮ ਕਰਦਾ, ਉਹਨਾਂ ਦੇ ਨਾਲ ਮਿਲ ਕੇ ਪਿੰਡ ਦੇ ਜੋ ਵੀ ਕੰਮ ਹੁੰਦੇ ਆ। ਇਹਨਾਂ ਦੀ ਬੇਟੀ ਹੈ ਜੀ, ਉਹ ਨਾਬਾਲਗ ਕੁੜੀ ਆ ਅਤੇ ਪਿੰਡ ਦਾ ਮੁੰਡਾ ਵਿਆਹ ਦਾ ਝਾਂਸਾ ਦੇ ਕੇ ਬਰਲਾ ਕੇ ਲੈ ਗਿਆ ਵਾ ਅਤੇ ਅਸੀਂ ਪੁਲਿਸ ਪ੍ਰਸ਼ਾਸਨ ਕੋਲ ਬਹੁਤ ਵਾਰੀ ਜਾ ਕੇ ਮੰਗ ਕੀਤੀ ਹੈ ਕਿ ਉਹਨਾਂ ਦੀ ਬੇਟੀ ਜਿਹੜੀ ਉਹ ਵਾਪਸ ਦਵਾਈ ਜਾਵੇ ਪਰ ਪੁਲਿਸ ਨੇ ਕੋਈ ਠੋਸ ਕਾਰਵਾਈ ਨਹੀਂ ਕੀਤੀ। ਅਸੀਂ ਪ੍ਰੈਸ ਦੇ ਥਰੂ ਫਿਰ ਬੇਨਤੀ ਕਰਦੇ ਹਾਂ ਕਿ ਪ੍ਰਸ਼ਾਸਨ ਜਿਹੜਾ ਉਹ ਸਖ਼ਤ ਕਾਰਵਾਈ ਕਰੇ ਅਤੇ ਇਹਨਾਂ ਦੀ ਜਿਹੜੀ ਨਾਬਾਲਗ ਬੇਟੀ ਆ ਉਹਨੂੰ ਵਾਪਸ ਇਹਨਾਂ ਦੇ ਹਵਾਲੇ ਕੀਤਾ ਜਾਵੇ। ਉਹ ਖਿਡਾਰਨ ਵੀ ਹੈ ਕੋਈ? ਹਾਂਜੀ, ਇਹਨਾਂ ਦੇ ਪੇਰੈਂਟਸ ਤੋਂ ਪਤਾ ਲੱਗਾ ਜੀ ਉਹ ਹਾਕੀ ਦੀ ਖਿਡਾਰਨ ਵੀ ਆ ਕੁੜੀ। ਦੂਜੇ ਪਾਸੇ ਥਾਣਾ ਕੱਚਾ ਪੱਕਾ ਦੇ ਜਾਂਚ ਅਧਿਕਾਰੀ ਰਾਜਪਾਲ ਸਿੰਘ ਨੇ ਦੱਸਿਆ ਹੈ ਕਿ ਉਹਨਾਂ ਵੱਲੋਂ 3 ਲੋਕਾਂ ਖਿਲਾਫ ਮਾਮਲਾ ਦਰਜ ਕਰਕੇ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰਕੇ ਅਦਾਲਤ 'ਚ ਪੇਸ਼ ਕੀਤਾ ਜਾਵੇਗਾ। ਇਸ ਸਬੰਧ ਵਿੱਚ ਮੁਕੱਦਮਾ ਨੰਬਰ 75/21/24/21 ਨੂੰ ਦਰਜ ਕੀਤਾ ਗਿਆ ਜੀ ਅਤੇ ਇਹਦੇ ਵਿੱਚ 3 ਦੋਸ਼ੀ ਨਾਮਜ਼ਦ ਆ ਅਤੇ ਤਿੰਨਾਂ ਦੀ ਗ੍ਰਿਫਤਾਰੀ ਲਈ ਮਤਲਬ ਵੱਖ ਵੱਖ ਥਾਵਾਂ 'ਤੇ ਰੇਡ ਕੀਤੇ ਗਏ, ਉਹ ਮਤਲਬ ਘਰੋਂ ਗਏ ਪਾ ਦੇ, ਇਹਨਾਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਊਗਾ ਅਤੇ ਪੇਸ਼ ਦਾਖਲ ਕੀਤਾ ਜਾਊਗਾ। ਫਿਲਹਾਲ ਦੇਖਣਾ ਇਹ ਹੋਵੇਗਾ ਕਿ ਪੀੜਤ ਪਰਿਵਾਰ ਨੂੰ ਪੁਲਿਸ ਪ੍ਰਸ਼ਾਸਨ ਕਦੋਂ ਤੱਕ ਇਨਸਾਫ਼ ਦੇ ਪਾਉਂਦਾ ਹੈ। ਖੇਮਕਰਨ ਤੋਂ ਹੀਰਾ ਕੰਡਾ, ਖ਼ਬਰ ਹਰਪਲ, ਇੰਡੀਆ ਲਈ।